ਤਰਪੀ ਜੀ, ਜਿਹੜੀ ਆਪਾਂ ਇਸ਼ੂ ਦੇ ਉੱਤੇ ਗੱਲ ਕਰ ਰਹੇ ਹਾਂ, ਤੁਸੀਂ ਬੀਂਗ ਏ ਜਰਨਲਿਸਟ ਦੇਖਦੇ ਹੋ ਕਿ ਵੀ ਇਹ ਗੱਲਾਂ ਕਿ ਵੀ ਇੱਕ ਪੰਜਾਬ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹਨਾਂ ਦੇ ਉੱਤੇ ਇੱਕ ਜੁਆਇੰਟ ਜਿਹੜੀ ਅਪਰੋਚ ਹੋਵੇ, ਪਾਰਲੀਮੈਂਟ ਦੇ ਅੰਦਰ ਜਾ ਕੇ ਸਾਂਝੀ ਗੱਲ ਜਿਹੜੀ ਹੈਗੀ ਕੀਤੀ ਜਾ ਸਕੇ, ਸਾਰੇ ਮੁਲਕ ਦੇ ਜਿਹੜੇ ਪਾਰਲੀਮੈਂਟ ਮੈਂਬਰ ਉੱਥੇ ਬੈਠੇ ਆ, ਤਾਂ ਕਿ ਉਹਨਾਂ ਨੂੰ ਇੱਕ ਪਤਾ ਲੱਗ ਸਕੇ ਕਿ ਪੰਜਾਬ ਇਹਨਾਂ ਮੁੱਦਿਆਂ 'ਤੇ ਇਸ ਵੇਲੇ ਜੂਝ ਰਿਹਾ ਕਿ ਪ੍ਰੈਕਟੀਕਲੀ ਲੱਗਦਾ ਹੈ ਕਿ ਪੋਸੀਬਲ ਹੈਗਾ ਇਹਦੇ 'ਤੇ, ਕੀ ਸੋਚਦੇ ਹੋ? ਨਹੀਂ, ਮੈਨੂੰ ਤਾਂ ਲੱਗਦਾ ਸੀ ਕਿ ਇਕੱਠੇ ਹੋਣਗੇ, ਇਹ ਤਾਂ ਐਵੇਂ ਕਹਿਣ ਦੀ ਗੱਲ ਹੈ। ਓਕੇ, ਇਹ ਕੁਝ ਗੱਲਾਂ ਨਾ ਬਹੁਤ ਅੱਛੀਆਂ ਲੱਗਦੀਆਂ ਸੁਣਨ 'ਚ, ਲੇਕਿਨ ਪ੍ਰੈਕਟੀਕਲ ਹੁਣ ਉਹ ਬਿਲਕੁਲ ਵੀ ਲੱਗ ਰਿਹਾ, ਤੁਸੀਂ ਦੇਖ ਲਿਓ ਇਸੇ ਇਸ਼ੂ 'ਤੇ ਦੇਖ ਲਿਓ। ਅੱਛਾ, ਦੂਜੀ ਗੱਲ ਇਹ ਹੈ ਕਿ ਕਿੰਨਾ ਇਸ਼ੂਜ਼ 'ਤੇ, ਮਤਲਬ ਜਿਹੜੇ ਬਹੁਤ ਪੁਰਾਣੇ ਨੇ ਪੰਜਾਬ ਦੇ ਲਟਕਦੀਆਂ 20-30 ਸਾਲ ਤੋਂ ਮੰਗਲ, ਉਹਦੀ ਗੱਲ ਕਰ ਰਹੇ ਗਾਂਧੀ ਸਾਹਿਬ, ਜਾਂ ਜਿਹੜੇ ਹੁਣ ਚਲੰਤ ਮੁੱਦੇ ਆ ਉਹਨਾਂ ਦੀ ਗੱਲ ਕਰ ਰਹੇ? ਦੋ ਤਰ੍ਹਾਂ ਦੇ ਮੁੱਦਿਆਂ ਨੂੰ ਲਿਆ ਉਹਨਾਂ ਨੇ, ਪੰਜਾਬ ਦੀ ਇਕਾਨਮੀ ਦੀ ਵੀ ਗੱਲ ਕੀਤੀ ਹੈ, ਪੈਕੇਜ ਦੀ ਵੀ ਗੱਲ ਕੀਤੀ ਹੈ, ਚੰਡੀਗੜ੍ਹ ਦੀ ਗੱਲ ਵੀ ਕੀਤੀ ਹੈ, ਪਾਣੀਆਂ ਦੀ ਗੱਲ। ਬਿਲਕੁਲ, ਹੁਣ ਤੁਸੀਂ ਦੱਸ ਦਿਓ ਕਿ ਜਿਹੜੇ ਪੁਰਾਣੇ ਮੁੱਦੇ ਉਹ 'ਚ ਕੌਣ ਇੰਟਰਸਟਡ ਹੈ ਜੀ ਵੀ ਉਹ ਹੱਲ ਹੋ ਜੇ? ਪਾਣੀਆਂ ਦੇ ਮੁੱਦੇ 'ਤੇ ਕੋਈ ਮਤਲਬ ਇੰਟਰਸਟਡ ਨਹੀਂ, ਸਿਵਾਏ ਹੁਣ ਉਹ ਵੀ ਸਾਡੇ ਵੀ ਜਿਹੜੇ ਉਹ ਤੁਸੀਂ ਰਾਜਪਾਲ ਦੇ ਭਾਸ਼ਣ ਪੜ੍ਹਦੇ ਹੋ ਉਹ ਜਸਟ ਇੱਕ ਰਸਮੀ ਕਾਰਵਾਈ ਦੇ ਤੌਰ 'ਤੇ ਰਹਿ ਗਿਆ ਉਹ ਜੀ ਜੀ ਸਰਕਾਰ ਬੜਾ ਮੁਦਈ ਰਹੇਗੀ ਔਰ ਬੜੇ ਲੜਾਈ ਲੜੇਗੀ। ਮੈਨੂੰ ਦੱਸ ਦਿਓ ਤੇ ਕੀਤਾ ਕੀ ਹੈ, ਮਤਲਬ ਸਾਰੇ ਇਸ਼ੂ ਚਾਹੇ ਚੰਡੀਗੜ੍ਹ, ਹੁਣ ਤਾਂ ਸਰਕਾਰ ਆਪਣੀ ਹੈ, ਇਸ ਤੋਂ ਪਹਿਲਾਂ ਵੀ ਰਹੀ ਹੈ, ਮਤਲਬ ਇਸ ਤੋਂ ਪਹਿਲਾਂ ਵੀ ਰਹੀ ਹੈ ਵਾਜਪੇਈ ਸਾਹਿਬ ਵਾਲੇ ਵੀ ਰਹੀ ਹੈ, ਹੁਣ ਦੁਬਾਰਾ ਫੇਰ ਹੈ, ਹਰਿਆਣੇ 'ਚ ਵੀ ਆਪਣੀ, ਇੱਥੇ ਵੀ ਆਪਣੀ, ਸੈਂਟਰ 'ਚ ਵੀ ਆਪਣੀ, ਕੀ ਕੌਣ ਰੋਕ ਰਿਹਾ ਹੁਣ? ਕੋਈ ਨਹੀਂ ਰੋਕ ਰਿਹਾ ਨਾ, ਤੇ ਕਰ ਦਿਓ ਹੱਲ। ਓਕੇ, ਮਤਲਬ ਕੁਝ ਗੱਲਾਂ ਸਿਰਫ ਕਹਿਣ 'ਚ ਅੱਛੀਆਂ ਲੱਗਦੀਆਂ, ਪ੍ਰੈਕਟੀਕਲ ਤੌਰ 'ਤੇ ਪੋਸੀਬਲ ਨਹੀਂ ਉਹ।